ਇੰਟਰਨੈਸ਼ਨਲ ਸਿੱਖ ਕੌਂਸਲ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਦੇ ਬੈਨਰ ਹੇਠ ਗੁਰਦੁਆਰਾ ਰਕਾਬਗੰਜ ਸਾਹਿਬ ਮੇਨ ਹਾਲ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਇਲਾਕਿਆਂ ਵਿੱਚੋਂ ਆਈਆਂ ਸੰਗਤਾਂ ਪਹੁੰਚੀਆਂ ਅਤੇ ਇਸ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਨੇ ਦੱਸਿਆ, ਇਸ ਪ੍ਰੋਗਰਾਮ ਦਾ ਮਕਸਦ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਜੋ ਵੱਖ ਵੱਖ ਸਿੱਖ ਬੀਬੀਆਂ ਅਤੇ ਮਾਤਾਵਾਂ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਹੈ, ਉਹਨਾਂ ਦੇ ਪੂਰਨਿਆਂ ਤੇ ਚੱਲਣ ਲਈ ਬੀਬੀਆਂ ਨੂੰ ਹੋਰ ਸਿੱਖਿਆ ਦਿੱਤੀ ਜਾ ਸਕੇ। ਇਸ ਨਾਲ ਹੀ ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਸਾਰੇ ਹੀ ਚੈਨਲਾਂ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ ਵੱਖ ਇਲਾਕਿਆਂ ਦੇ ਵਿੱਚੋਂ ਬੀਬੀਆਂ ਦੀ ਇਕੱਤਰਤਾ ਜ਼ਰੂਰ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਹੀ ਸ਼ਬਦ ਕੀਰਤਨ ਦਾ ਸਮਾਗਮ ਕੀਤਾ ਜਾਵੇਗਾ। ਜਿਸ ਤਰ੍ਹਾਂ ਅੱਜ ਦੇ ਮਾਹੌਲ ਦੇ ਅਨੁਸਾਰ ਸਾਨੂੰ ਏਕਤਾ ਦੀ, ਅਖੰਡਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਜਿਹੜੀ ਸੀ ਮਹਿਸੂਸ ਹੋ ਰਹੀ ਸੀ। ਸੋ ਇਹ ਇੱਕ ਉਪਰਾਲਾ ਜਿਹੜਾ ਹੈ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਬੀਬੀਆਂ ਨੂੰ ਇਕੱਤਰਿਤ, ਕਿਉਂਕਿ ਬੀਬੀਆਂ ਦਾ ਹਰ ਇਤਿਹਾਸ ਦੇ ਵਿੱਚ, ਖਾਸ ਕਰਕੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਜਿੱਥੇ ਅਸੀਂ ਅੱਜ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਉੱਥੇ ਮਾਤਾ ਖੀਵੀ ਜੀ ਨੂੰ ਕਰਦੇ ਹਾਂ, ਬੇਬੇ ਨਾਨਕੀ ਜੀ ਨੂੰ ਕਰਦੇ ਹਾਂ। ਸੋ ਸਾਡੀਆਂ ਬਹੁਤ ਹੀ ਸੁਰਜੀਤ ਹੋਈਆਂ ਗੁਰਸਿੱਖ ਬੀਬੀਆਂ ਨੇ, ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਲਈ ਅੱਜ ਸਾਰੇ ਇਕੱਤਰਿਤ ਹੋ ਕੇ ਪ੍ਰਣਵਤ ਹੋਏ ਹਾਂ ਕਿ ਸਾਨੂੰ ਇਹ ਉਪਰਾਲਾ ਜਿਹੜਾ ਇਕੱਤਰ ਹੋ ਕੇ ਕਰਨਾ ਚਾਹੀਦਾ। ਇਹ ਸਾਰੇ ਹੀ ਜਿੰਨੇ ਜੱਥੇ ਆਏ ਨੇ, ਉਸ ਸਾਰਿਆਂ ਜੱਥਿਆਂ ਦਾ ਇੱਕੋ ਹੀ ਨਾਂ ਅਸੀਂ ਰੱਖ ਦਿੱਤਾ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਸੋ ਸਾਰੀਆਂ ਸਹਿਮਤੀ ਦੇ ਵਿੱਚ ਆਪ ਦੇਖਦੇ ਹੋ ਕਿ ਜੇਕਾਰਾ ਉਹਨਾਂ ਨੇ ਛੱਡਿਆ, ਬੇਸ਼ੱਕ ਵੱਖ ਵੱਖ ਇਲਾਕਿਆਂ ਵਿੱਚੋਂ ਸੰਗਤ ਆਈ ਹੈ ਬਹੁਤ ਸੋਹਣਾ ਆਨੰਦਮਈ ਕੀਰਤਨ ਕਰਨ ਵਾਸਤੇ, ਪਰ ਲੇਕਿਨ ਉਹ ਇੱਕ ਝੰਡੇ ਥੱਲੇ, ਸੋ ਕਿਉਂ ਮੰਦਾ ਆਖੀਏ ਦਾ ਝੰਡੇ ਥੱਲੇ ਇਕੱਤਰਿਤ ਹੋਈਆਂ ਨੇ। ਸੋ ਅੱਜ ਦਾ ਪ੍ਰੋਗਰਾਮ ਸਾਰੀ ਸੰਗਤ ਦਾ ਬਹੁਤ ਬਹੁਤ ਮੈਂ ਧੰਨਵਾਦ ਵੀ ਕਰਦੀ ਹਾਂ, ਨਾਲ ਹੀ ਮੈਂ ਸਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਔਰ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਜੀ ਦਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕਰਮ ਸਰ ਜੀ ਦਾ ਕਿ ਉਹਨਾਂ ਨੇ ਸਾਡਾ ਸਹਿਯੋਗ ਦੇ ਕੇ ਅੱਜ ਇਹ ਜਿਹੜਾ ਸਮਾਗਮ ਹੈ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਕਰਕੇ ਇਕੱਤਰਿਤ ਅਸੀਂ ਸਾਨੂੰ ਕਰਨ ਦਾ ਮੌਕਾ ਮਿਲਿਆ। ਸੋ ਮੈਂ ਬਹੁਤ ਬਹੁਤ ਸ਼ੁਕਰੀਆ ਕਰਨੀ ਹਾਂ, ਸਾਰੇ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਹਾਂਜੀ ਬਿਲਕੁਲ, ਜਿਵੇਂ ਅਸੀਂ ਹੁਣ ਇਤਿਹਾਸਕ ਗੁਰਦੁਆਰਿਆਂ ਦੀਆਂ ਬੀਬੀਆਂ ਜਿਹੜੀਆਂ ਨੇ, ਜਿਹੜੀਆਂ ਇਤਿਹਾਸਕ ਸਟੇਜਾਂ ਤੇ ਕੀਰਤਨ ਕਰਦੀਆਂ ਨੇ, ਕੁਛ ਮੇਨ ਆਗੂ ਹੋਰ ਜਿਹੜੀਆਂ ਹੋਈ ਨੇ ਉਹਨਾਂ ਨੇ ਅੱਜ ਜਿਹੜਾ ਸਮਾਗਮ 'ਚ ਸ਼ਮੂਲੀਅਤ ਕੀਤੀ ਹੈ, ਆਉਣ ਵਾਲੇ ਸਮੇਂ ਤੋਂ ਅਸੀਂ ਹਰ ਇਲਾਕੇ ਦੇ ਵਿੱਚੋਂ ਬੀਬੀਆਂ ਦੀ ਏਕਤਾ ਜ਼ਰੂਰ ਕਰਾਂਗੇ ਔਰ ਇਹ ਜਿਹੜਾ ਸੋ ਕਿਉਂ ਮੰਦਾ ਆਖੀਏ ਦਾ ਕੰਸੈਪਟ ਲੈ ਕੇ ਚੱਲੇ ਹਾਂ ਇਹ ਅਸੀਂ ਲੜੀਵਾਰ ਕਰਾਂਗੇ।